हाँ जी, ये तुसी लसण देख रहे हैं, ये देखो इनू लाए नू हजे 2 हफ्ते होए आ, सिर्फ 2 हफ्ते, 15 दिन। लसण नू कामयाब करना बहुत ही सौखा आ। और ये की मंगदा ही मैं थोनू दसन लगा आ, लसण, लोहा, कोला ते पानी, ये सिर्फ 3 चीजा मंगदा आ। और ये किस तरह ये 3 चीजा आ, ये मैं थोनू वीडियो च दसन लगा आ। और इन्हां तिना चीज़ों के आसरे जिहड़ा लसण खड़ा आया, मैं थोनू दिखा दूंगा कि किदां दा हुंदा आ। हाँ जी, ये चीज़ा बारे मैं थोनू दसन लगा। तो लसण आपां देख ही रहे हैं, देखो अजकल दी जिंदगी बहुत तेज तरार जिंदगी आ। और तेज तरार जिंदगी दे विच हरेक दियां जिहदियां भी तुसीं वीडियो देखते हैं, यही कहिंदा आ कि बिना मेहनत तो सौखे तरीके नाल कामयाब करना। इन्हां गल्लां दे विच मैं विश्वास नहीं रखता। ये सिर्फ छोटा जिहा थे मैं थोनू दिखा रहा लसण का, बड़े पद्धर ते ओह अगे मेरे खेत आ, उत्थे मैं लाया आ लसण, उहदी भी मैं थोनू दिखाऊंगा, वह अजे तो भी छोटा आ। देखो लसण जिहड़ा आ, ये 3 चीज़ा इस तरह मैं थोनू दसियां। ये लोहा तो पहला मैं थोनू दिखाई दिता, ये देखो लोहा बिच पिया। देखो जे आपां मेहनत नहीं कर सकते ਤਾਂ ਆਪਣੇ ਇੰਨੇ ਕੁ ਜਿੰਨੇ ਖਾਣ ਯੋਗੇ ਥਾਂ 'ਤੇ ਵੀ ਜੇ ਆਪਾਂ ਮਿਹਨਤ ਨਹੀਂ ਕਰ ਸਕਦੇ ਫਿਰ ਕੋਈ ਫਾਇਦਾ ਨਹੀਂ ਹੈਗਾ। ਦੇਖੋ ਲੋਹੇ ਦੇ ਨਾਲ, ਲੋਹੇ ਦੀ ਵਿਸ ਦੇ ਨਾਲ ਲਸਣ, ਇਹ ਦੇਖੋ ਲੋਹੇ ਦਾ ਮਤਲਬ ਗਡਾਈ ਆ, ਗੁੱਡਣ। ਜੇ ਆਪਾਂ ਆਪਣੇ ਖਾਣ ਯੋਗਾ ਵੀ ਨਹੀਂ ਇਸ ਤਰ੍ਹਾਂ ਗੁੱਡ ਕੇ ਮਿੱਟੀ ਚਾੜ ਸਕਦੇ ਫਿਰ ਕੋਈ ਫਾਇਦਾ ਹੀ ਨਹੀਂ ਕੰਮ ਕਰਨ ਦਾ। ਸਭ ਤੋਂ ਪਹਿਲੀ ਗੱਲ ਇੱਥੇ ਮੁੱਕਦੀ ਆ। ਜਿਹੜੇ ਮਿਹਨਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹ ਬਿਸ਼ੱਕੇ ਵੀਡੀਓ ਨਾ ਹੀ ਦੇਖਣ, ਠੀਕ ਆ। ਲੋਹੇ ਦਾ ਮਤਲਬ ਗਡਾਈ ਆ, ਲਸਣ ਦਾ ਮੇਨ ਜਿਹੜਾ ਜਿਹਦੇ ਉੱਤੇ ਲਸਣ ਖੜਾ ਆ, ਜਿਹੜੀ ਲਸਣ ਦੀ ਬੁਨਿਆਦ ਆ ਉਹ ਗਡਾਈ ਆ, ਠੀਕ ਆ। ਜਿਹੜੀ ਮੈਂ ਤੁਹਾਡੇ ਨਾਲ ਦੂਸਰੀ ਗੱਲ ਕਰ ਰਿਹਾ, ਦੂਸਰੀ ਗੱਲ ਮੈਂ ਤੁਹਾਡੇ ਨਾਲ ਕੋਲੇ ਦੀ ਕਰ ਰਿਹਾ, ਉਹ ਕਿਸ ਤਰ੍ਹਾਂ ਆ, ਉਹ ਇਹ ਦੇਖੋ ਇਹ ਕੋਲਾ ਆ, ਇਹ ਪਾਥੀਆਂ ਦੀ ਬਣੀ ਹੋਈ ਸਵਾਹ ਆ। ਲੋਹੇ ਦਾ ਸਵਾਹ ਦੇ ਨਾਲ ਜਿਹੜਾ ਲਸਣ ਆ, ਇਹਦਾ ਸਵਾਹ ਦੇ ਨਾਲ ਬਹੁਤ ਗਹਿਰਾ ਰਿਸ਼ਤਾ ਆ। ਸਵਾਹ ਦੇਸੀ ਤੌਰ 'ਤੇ ਵਰਤੀ ਜਾਣ ਵਾਲੀ ਇੱਕ ਚੀਜ਼ ਨਹੀਂ ਹੈਗੀ, ਇਹ ਫਾਸਫੋਰਸ ਦਾ ਸੋਮਾ ਆ ਸਭ ਤੋਂ ਵੱਡਾ। ਔਰ ਉਹ ਤੋਂ ਵੀ ਵੱਡੀ ਗੱਲ ਜਿਹੜੀ ਆ ਉਹ ਇਹ ਆ ਕਿ ਇਹ ਥੈਂ ਆ ਜਿਹੜਾ ਸਵਾਹ ਜਿਹੜੀ ਆ, ਆਹ ਦੇਖੋ ਇਹ ਥੈਂ ਨੂੰ ਪੋਲਾ ਰੱਖਦੀ ਆ। ਇੱਕ ਵਾਰ ਹਾਲੇ ਇਸ ਇਹ ਲਸਣ ਨੂੰ ਸਵਾਹ ਪਾਈਓ ਆ, ਅਤੇ ਦੂਸਰੀ ਵਾਰ ਹੁਣ ਪਾਉਣੀ ਆ, ਅਜੇ ਪਹਿਲੀ ਗਡਾਈ ਕੀਤੀ ਆ। ਤੁਸੀਂ ਦੇਖ ਸਕਦੇ ਹਾਂ ਇਹਦੇ ਵਿੱਚ ਕਿੰਨਾ ਕੁ ਕੱਖ ਆ, ਤੁਹਾਨੂੰ ਦਿਸਣ ਨੂੰ ਧੁਰਤੇ ਸਾਰਾ ਹੀ ਦਿਸ ਰਿਹਾ। ਇਹ ਦੇਖੋ ਇਹ ਲੋਹੇ ਦਾ ਮਤਲਬ ਗਡਾਈ, ਗਡਾਈ ਤੋਂ ਬਾਅਦ ਸਵਾਹ ਜਿਹੜੀ ਆ, ਸਵਾਹ ਆਪਾਂ ਗੁੱਡ ਕੇ ਜਦੋਂ ਉੱਤੇ ਪਾਉਂਦੇ ਹਾਂ, ਇਹ 2 ਚੀਜ਼ਾਂ ਬਰਾਬਰ ਅਸਰ ਕਰਦੀਆਂ ਆ। ਇਹੀ ਲਸਣ ਲਈ ਖਾਦ ਆ, ਇਹੀ ਜਾਨ ਆ, ਇਹਦੇ ਵਿੱਚ ਸਭ ਕੁਛ ਆ, ਇਹਦੇ ਵਿੱਚ ਲਸਣ ਦੇ ਪ੍ਰਾਣ ਆ। ਅਤੇ ਜਦੋਂ ਇਸ ਤਰ੍ਹਾਂ ਦਾ ਲਸਣ ਹੋ ਜਾਂਦਾ ਆ ਇਸ ਸਟੇਜ 'ਤੇ, ਇੰਨਾ ਇੰਨਾ ਜੰਮ ਪੈਂਦਾ ਆ, ਉਸ ਵੇਲੇ ਆਪਾਂ ਨੇ ਇਹਨੂੰ ਪੂਰੀ ਤਰ੍ਹਾਂ, ਸਿਆਲ ਦੇ ਦਿਨ ਹੁੰਦੇ ਆ ਔਰ ਪਾਣੀ ਘੱਟ ਲਗਾਉਣਾ, ਰੜੇ 'ਤੇ ਲਗਾਉਣਾ। ਇਸ ਕਰਕੇ ਤੀਜੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਉਹ ਪਾਣੀ ਆ। ਇਹ 3 ਚੀਜ਼ਾਂ ਲਸਣ ਦੀ ਬੁਨਿਆਦ ਆ, ਲੋਹਾ, ਸਵਾਹ, ਕੋਲਾ ਅਤੇ ਤੀਸਰਾ ਪਾਣੀ। ਇਸ ਤਰ੍ਹਾਂ ਆਪਣੇ ਜਿੱਥੇ ਵੀ ਤੁਹਾਡੀ ਬਗੀਚੀ ਆ ਉਹਦੇ ਵਿੱਚ ਇਹ 3 ਚੀਜ਼ਾਂ ਅਜਮਾ ਕੇ, ਇਸ ਤਰ੍ਹਾਂ ਮੇਰੀ ਵੀਡੀਓ 'ਤੇ ਗੌਰ ਕਰਕੇ ਫਿਰ ਮੈਨੂੰ ਦੱਸਿਓ, ਚਾਹੇ ਤੁਹਾਡਾ ਲਸਣ ਇਹ ਤੋਂ ਵੀ ਛੋਟਾ ਆ ਚਾਹੇ ਇਹ ਤੋਂ ਵੀ ਵੱਡਾ ਆ, ਇਹ 3 ਚੀਜ਼ਾਂ ਉੱਤੇ ਅਜਮਾ ਕੇ। ਸਤਿ ਸ਼੍ਰੀ ਅਕਾਲ।